ਹੈਲੋ एवरीवन ਸਵਾਗਤ ਹੈ ਆਪ ਸਭ ਦਾ ਸਾਡੇ YouTube ਚੈਨਲ ਤੇ ਕਾਫੀ ਸਾਰੀ ਵੈਕੈਂਸੀਸ ਆਊਟ ਕੀਤੀਆਂ ਗਈਆਂ ਨੇ ਪੰਜਾਬ ਦੇ ਵਿੱਚ ਕੱਲ ਕਰ ਰਹੇ ਇਹਨਾਂ ਦੀ ਵੈਕੈਂਸੀਸ ਦੀ ਸਭ ਤੋਂ ਪਹਿਲੀ ਵੈਕੈਂਸੀ ਜਿਹੜੀ ਹੈ ਕਪੂਰਥਲਾ ਪੰਜਾਬ ਦੇ ਵਿੱਚ ਆਰਮੀ ਪਬਲਿਕ ਸਕੂਲ ਦੇ ਵਿੱਚ ਵੈਕੈਂਸੀਸ ਨੇ ਟੀਚਰਸ ਦੀ ਆਊਟ ਹੋਈਆਂ ਪੋਸਟ ਗ੍ਰੈਜੂਏਟ ਟੀਚਰ ਇਕਨੋਮਿਕਸ ਦਾ ਜਿਹਦੇ ਵਿੱਚ ਪੋਸਟ ਗ੍ਰੈਜੂਏਸ਼ਨ ਪੀਰੀਅਡ ਦੇ ਨਾਲ ਕੀਤੀ ਹੋਵੇ ਇਕਨੋਮਿਕਸ ਦੇ ਵਿੱਚ ਪੀਆਰਟੀ ਨਾਂ ਇਹ ਮੰਗਿਆ ਹੋਇਆ ਹੈ ਗ੍ਰੈਜੂਏਟ 2 ਸਾਲ ਦਾ ਡਿਪਲੋਮਾ ਹੋਵੇ ਐਲੀਮੈਂਟਰੀ ਐਜੂਕੇਸ਼ਨ ਦੇ ਵਿੱਚ ਸਪੈਸ਼ਲ ਐਜੂਕੇਟਰ ਦੀ ਇੱਕ ਪੋਸਟ ਕੱਢੀ ਗਈ ਹੈ ਹੈਡ ਕਲਰਕ ਮੰਗਿਆ ਗਿਆ ਹੈ ਜਿਹਦੇ ਵਿੱਚ ਇਹਨਾਂ ਨੇ ਐਕਸ ਸਰਵਿਸਮੈਨ ਦੀ ਪ੍ਰੇਫਰੈਂਸ ਦਿੱਤੀ ਗਈ ਹੈ ਅਕਾਊਂਟ ਕਲਰਕ ਮੰਗਿਆ ਹੈ ਜਿਹਦੇ ਵਿੱਚ ਬੀ ਕਾਮ ਜਾਂ ਫਿਰ 15 ਸਾਲਾਂ ਦਾ ਐਕਸਪੀਰੀਅੰਸ ਮੰਨੀ ਮੰਗਿਆ ਹੋਇਆ ਹੈ ਸੋ ਵਾਕਨ ਇੰਟਰਵਿਊ ਹੈ 4 ਨਵੰਬਰ 2023 ਨੂੰ ਇਹਨਾਂ ਨੇ ਇਹਦਾ ਇੰਟਰਵਿਊ ਸਵੇਰੇ 8 ਵਜੇ ਰੱਖਿਆ ਹੋਇਆ ਹੈ ਜਿਹ ਤੁਸੀਂ ਅਪਲਾਈ ਕਰਨਾ ਚਾਹੁੰਦੇ ਹੋ ਤਾਂ ਇਹਨਾਂ ਨੇ ਆਪਣਾ ਫੋਨ ਨੰਬਰ ਵੀ ਨਾਲ ਮੈਂਸ਼ਨ ਕੀਤਾ ਹੋਇਆ ਹੈ ਜੇ ਨੋਟੀਫਿਕੇਸ਼ਨ ਦੇਖਣਾ ਚਾਹੁੰਦੇ ਹੋ ਤਾਂ ਸਾਡੇ ਇੰਸਟਾਗ੍ਰam ਚੈਨਲ ਦੇ ਨਾਲ ਜੁੜ ਸਕਦੇ ਹੋ ਗੱਲ ਕਰ ਲੈਂਦੇ ਅੱਜ ਦੀ ਅਗਲੀ ਵ ਜਿਹੜਾ 1.5 ਸੈਕਿੰਡ ਐਡਵਰਟਾਈਜ਼ਮੈਂਟ ਆਊਟ ਕੀਤਾ ਗਿਆ ਹੈ ਪੰਜਾਬ ਸਰਕਾਰ ਵੱਲੋਂ ਇਹ ਐਡਵਰਟਾਈਜ਼ਮੈਂਟ ਪੰਜਾਬ ਸਟੇਟ ਏਡਸ ਕੰਟਰੋਲ ਸੁਸਾਇਟੀ ਵੱਲੋਂ ਡਿਵੀਜ਼ਨਲ ਅਸਿਸਟੈਂਟ ਦੀ ਇੱਕ ਪੋਸਟ ਆਊਟ ਕੀਤੀ ਗਈ ਹੈ ਸੈਲਰੀ ਹੈ 23800 ਰੁਪਏ ਜਿਹੜੇ ਡਿਟੇਲਸ ਲੈਣਾ ਚਾਹੁੰਦੇ ਹੋ ਇਸ ਵੈਕੈਂਸੀ ਦੀ ਅਪਲਾਈ ਕਰਨਾ ਚਾਹੁੰਦੇ ਹੋ ਸੈਲਰੀ ਵਧੀਆ ਹੈ ਬਹੁਤ http://punjabsac. punjab.gov.in ਦੇ ਵਿੱਚ ਜਾ ਕੇ ਲੌਗਇਨ ਕਰ ਸਕਦੇ ਹੋ 7 ਨਵੰਬਰ 2023 ਤੋਂ ਪਹਿਲਾ ਪਹਿਲਾ ਪੰਜਾਬ ਸਟੇਟ AIDS ਕੰਟਰੋਲ ਸੁਸਾਇਟੀ ਦੇ ਵਿੱਚ ਜਾ ਕੇ ਜਿਹੜੀ ਸਾਡੀ ਅੱਜ ਦੀ ਨੈਕਸਟ ਪੋਸਟ ਆਊਟ ਕੀਤੀ ਗਈ ਹੈ گورਨਮੈਂਟ ITI ਨਾਬਾ ਬੋਇਲ ਡਿਸਟ੍ਰਿਕਟ ਪਟਿਆਲਾ ਵੱਲੋਂ ਇਹਦੇ ਵਿੱਚ ਵੈਕੈਂਸੀ ਜਿਹੜੀ ਹੈ ਆਊਟ ਕੀਤੀ ਗਈ ਹੈ ਸੈਲਰੀ ਹੈ 15000 ਪਰ ਮੰਥ ਇਲੈਕਟ੍ਰੀਸ਼ੀਅਨ ਦੀ ਪੋਸਟ ਹੈ ਇਨਸਟ੍ਰਕਟਰ ਚਾਹੀਦਾ ਹੈ ਇਹਨਾਂ ਨੂੰ ਅਪਲਾਈ ਕਰਨਾ ਚਾਹੁੰਦੇ ਹੋ ਤੁਸੀਂ ਲੌਗਇਨ ਕਰ ਸਕਦੇ ਹੋ https colon slash www.panjabitis.gov.in ਦੇ ਵਿੱਚ ਇਹ ਜਿਹੜਾ ਵੈਕੈਂਸੀ ਹੈ ਆਊਟ ਕੀਤੀ ਗਈ ਹੈ گورਨਮੈਂਟ ਆਈਟੀਆ ਵੱਲੋਂ ਜੇਕਰ ਤੁਹਾਨੂੰ ਇਹ ਵੀਡੀਓ ਪਸੰਦ ਆਈ ਹੋਵੇ ਤਾਂ ਚੈਨਲ ਸਬਸਕ੍ਰਾਈਬ ਕਰ ਸਕਦੇ ਹੋ ਪੰਜਾਬ ਦੇ ਵਿੱਚ ਨਹੀਂ ਆ ਵੀ ਪ੍ਰਾਈਵੇਟ ਜਾਂ ਫਿਰ گورਨਮੈਂਟ ਵੈਕੈਂਸੀਸ ਆਊਟ ਹੁੰਦੀਆਂ ਨੇ ਉਹਨਾਂ ਦੀ ਇਨਫੋਰਮੇਸ਼ਨ ਤੁਹਾਨੂੰ ਇਸ ਚੈਨਲ ਦੇ ਉੱਪਰ ਅਵੇਲੇਬਲ ਹੋ ਜਾਂਦੀ ਹੈ ਐਂਡ ਜੇਕਰ ਤੁਸੀਂ ਇਹ ਪੀਡੀਐਫ ਦੇਖਣਾ ਚਾਹੁੰਦੇ ਹੋ ਸਾਡੇ ਇੰਸਟਾਗ੍ਰam ਚੈਨਲ ਨੂੰ ਜਰੂਰ ਜੁਆਇਨ ਕਰ ਲਵੋ ਮਿਲਦੇ ਹਾਂ ਅਗਲੇ ਵੀਡੀਓ ਦੇ ਵਿੱਚ ਸਤਿ ਸ੍ਰੀ ਅਕਾਲ ਧੰਨਵਾਦ